ਮਾਮਲੇ ਵਿੱਚ ਭਗੋੜਾ, ਸ਼ਿਵ ਸੈਨਾ ਯੁਵਾ ਦਾ ਪ੍ਰਧਾਨ ਅਮਿਤ ਸ਼ਰਮਾ ਕਾਬੂ। ਅਦਾਲਤ ਨੇ 14 ਦਿਨਾਂ ਲਈ ਜੇਲ੍ਹ ਭੇਜਿਆ। ਕੱਟੜ ਹਿੰਦੂ ਆਗੂ ਅਤੇ ਸ਼ਿਵ ਸੈਨਾ ਯੁਵਾ ਦੇ ਪ੍ਰਧਾਨ ਅਮਿਤ ਸ਼ਰਮਾ, ਜੋ 2015 ਦੇ ਇੱਕ ਮਾਮਲੇ ਵਿੱਚ ਦਰਜ ਹੋਏ ਠੱਗੀ ਦੇ ਇੱਕ ਮਾਮਲੇ ਵਿੱਚ ਭਗੋੜਾ ਸੀ, ਨੂੰ ਥਾਣਾ ਮਟੋਰ ਦੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਵਿਅਕਤੀ ਨੂੰ ਪੁਲਿਸ ਵੱਲੋਂ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ 2015 ਵਿੱਚ ਅਮਿਤ ਸ਼ਰਮਾ ਦੇ ਖਿਲਾਫ ਉਸਦੇ ਇੱਕ ਰਿਸ਼ਤੇਦਾਰ ਰਵਿੰਦਰ ਸ਼ਰਮਾ ਦੀ ਸ਼ਿਕਾਇਤ 'ਤੇ IPC ਦੀ ਧਾਰਾ 420, 406 ਅਧੀਨ ਮਾਮਲਾ ਦਰਜ ਹੋਇਆ ਸੀ। ਰਵਿੰਦਰ ਸ਼ਰਮਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਅਮਿਤ ਸ਼ਰਮਾ ਨੇ ਉਸਨੂੰ ਵਿਦੇਸ਼ ਭਿਜਵਾਉਣ ਦੇ ਨਾਮ 'ਤੇ 12 ਲੱਖ ਰੁਪਏ ਦੀ ਠੱਗੀ ਕੀਤੀ ਹੈ। ਇਸ ਮਾਮਲੇ ਵਿੱਚ ਅਮਿਤ ਸ਼ਰਮਾ ਕੁਝ ਸਮਾਂ ਪਹਿਲਾਂ ਭਗੋੜਾ ਹੋ ਗਿਆ ਸੀ। ਥਾਣਾ ਮਟੋਰ ਦੇ SHO ਸ਼੍ਰੀ ਰਾਜੀਵ ਕੁਮਾਰ ਨੇ ਦੱਸਿਆ, ਉਹਨਾਂ ਕੋਲ ਨਾ ਇੱਕ ਪਰਚਾ ਹੋਇਆ ਸੀ 15 ਵਜੇ ਦਰਜ ਜੀ, ਇੱਥੇ FIR ਨੰਬਰ 106 ਇਹਦੇ ਨਾਲ 406 420 ਦਾ ਦੁਆਰ ਇੱਕ ਬਾਹਰ ਭੇਜਣ ਦੇ ਸਬੰਧ ਵਿੱਚ ਇਹਨਾਂ ਨੇ 12 ਲੱਖ ਰੁਪਏ ਲਿਆ ਸੀ। ਮੈਂ 4 ਜਣਿਆਂ ਦੇ ਉੱਪਰ ਪਰਚਾ ਦਰਜ ਸੀ ਅਤੇ ਜਿਹਦੇ ਵਿੱਚੋਂ ਅਸੀਂ ਪਹਿਲਾਂ ਇਹਦੀ ਇਨਵੈਸਟੀਗੇਸ਼ਨ ਕੀਤੀ, ਇਹਨੂੰ ਟੈਕਸ ਬੰਦ ਹੋਈ ਲਿਆਂਦਾ ਸੀ ਉਸ ਵੇਲੇ SHO ਸਾਹਿਬ ਨੇ, ਉਹਦੇ ਬਾਰੇ ਇਹਦੀ ਫਿਰ ਇਨਵੈਸਟੀਗੇਸ਼ਨ ਚੱਲੀ, ਇਹਨੂੰ ਸਿਖਾ ਦਿੱਤੀ, ਉਹਦੇ 'ਚ ਅਸੀਂ ਇਖਰਾਜ ਕਰ ਦਿੱਤਾ ਸੀ, ਕੈਂਸਲੇਸ਼ਨ ਕਰ ਦਿੱਤਾ ਸੀ ਪਰਚਾ। ਉਹਦੇ ਬਾਅਦ ਕਿਹੜਾ ਮਦਈ ਉਹ ਸਹਿਮਤ ਨਹੀਂ ਹੋਇਆ, ਅਸੀਂ ਫਿਰ ਦੁਬਾਰਾ ਆਪਣੇ ਮਾਣਯੋਗ ਜੱਜ ਸਾਹਿਬ ਦੀ ਅਮਿਤ ਬਖਸ਼ੀ ਸਾਹਿਬ ਦੀ ਕੋਰਟ ਭੇਜਿਆ ਅਤੇ ਉਹਨਾਂ ਨੇ ਉੱਥੇ ਉਹ ਅਕਸੈਪਟ ਕਰਕੇ ਅਤੇ ਇਹਨਾਂ ਦੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ, ਜਿਹਦੇ 'ਚ ਅਮਿਤ ਸ਼ਰਮਾ ਜੀ PO ਬਣ ਚੁੱਕੇ। ਅਮਿਤ ਸ਼ਰਮਾ PO ਬਣ ਚੁੱਕਿਆ, ਜਿਸ ਸਾਨੂੰ ਇਨਫੋਰਮੇਸ਼ਨ ਪਤਾ ਲੱਗਿਆ ਕਿ ਫਲਾਨੀ ਜਗ੍ਹਾ ਹੈ, ਅਸੀਂ ਜਾ ਕੇ ਮੌਕੇ 'ਤੇ ਇਹਨੂੰ ਅਰੈਸਟ ਕੀਤਾ। ਅਰੈਸਟ ਕਰਕੇ ਅਸੀਂ ਅੱਜ ਅਮਿਤ ਬਖਸ਼ੀ ਸਾਹਿਬ ਦੀ ਕੋਰਟ 'ਚ ਪੇਸ਼ ਕਰਾਂਗੇ। ਅੱਡ ਅੱਡ ਕੇਸ ਸੀ, 7 ਕੇਸ ਨੇ, ਇਹ ਹੁਣ ਅੱਡ ਅੱਡ ਕੇਸ ਆ, ਮੇਰੇ ਕੋਲ ਤਾਂ ਫਿਲਹਾਲ ਇਹੀ ਕੇਸ ਹੈ ਜੀ। ਨਹੀਂ ਅਸੀਂ ਪੁੱਛਗਿੱਛ ਕਰ ਰਹੇ ਹਾਂ ਅਤੇ ਹਾਲੇ ਤੱਕ ਫਿਲਹਾਲ ਇਹ ਕਹਿੰਦਾ ਕਿ ਮੈਂ ਕੋਈ ਇੱਦਾਂ ਦੀ ਠੱਗੀ ਨਹੀਂ ਕੀਤੀ, ਕਿ ਬੜੇ ਪਹਿਲੇ ਮੇਰੇ ਪਰਚੇ ਉਹਨਾਂ ਤੋਂ ਬਰੀ ਹੋ ਚੁੱਕਿਆ, ਅਸੀਂ ਪੁੱਛਗਿੱਛ ਕਰ ਰਹੇ ਹਾਂ ਬਾਕੀ। ਸ਼ਿਵਸੈਨਾ ਦਾ ਵੀ ਹੈਗਾ ਕੋਈ ਪ੍ਰਧਾਨ? ਹਾਂ, ਇਹ ਕੋਈ ਦੱਸਦੇ ਜੀ, ਮੈਂ ਸ਼ਿਵਸੈਨਾ ਦਾ ਬਾਬਾ ਜੀ ਦੇ ਚੇਲਾ ਵੀ ਹਾਂ ਅਤੇ ਆਲ ਇੰਡੀਆ ਲੈਵਲ ਦੇ ਮੈਂ ਫੰਕਸ਼ਨ ਵੀ ਕਰਦਾ ਅਤੇ ਆਪਣੇ ਲੋਕਾਂ ਨਾਲ ਸਹਿਯੋਗ ਵੀ ਰੱਖਦਾ ਅਤੇ ਕੰਮ ਵੀ ਕਰਦਾ। ਤੇ ਤੁਸੀਂ ਇਨਵੈਸਟੀਗੇਸ਼ਨ ਕੀਤੀ ਹੈ ਕਿ ਕਰਦਾ ਵੀ ਇਹ ਲੋਕਾਂ ਨਾਲ ਠੱਗੀ ਕਰਦਾ ਹੈ? ਵਿੱਚ ਹੁਣ ਮੈਂ ਕਨਫਰਮ ਕਰ ਰਿਹਾ ਕਰ ਰਿਹਾ ਇਨਵੈਸਟੀਗੇਸ਼ਨ ਸੰਬੰਧ ਵਿੱਚ। ਮੋਹਾਲੀ ਤੋਂ ਸਕਾਈ ਹੱਕ ਟਾਈਮਜ਼ ਦੀ ਰਿਪੋਰਟ।